ਸੁਲਤਾਨਪੁਰ ਲੋਧੀ ਦੇ ਰੂਲਰ ਚੰਡੀਗੜ੍ਹ ਨਵੀਂ ਬਸਤੀ ਤੋਂ 2 ਮਾਰਚ ਦੀ ਰਾਤ ਘਰ ਤੋਂ ਲਾਪਤਾ ਹੋਈ ਲੜਕੀ ਦੀ ਲਾਸ਼ ਪਿੰਡ ਉਮਰਪੁਰ ਦੇ ਇੱਕ ਖੂਹ ਵਿੱਚੋਂ ਮਿਲਣ ਕਰਕੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹਨਾਂ ਦੀ ਲੜਕੀ ਦੀ ਹੱਤਿਆ ਦੇ ਪਿੱਛੇ ਉਸਦੇ ਪ੍ਰੇਮੀ ਅਤੇ ਉਸਦੇ ਪਰਿਵਾਰ ਦਾ ਹੱਥ ਹੈ। ਮ੍ਰਿਤਕਾ ਦੀ ਮਾਂ ਨੇ ਵੀ ਪੁਲਿਸ ਨੇ ਬਿਆਨ ਦਿੱਤਾ ਕਿ ਉਹਨਾਂ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਬਾਅਦ ਵਿੱਚ ਉਸਦਾ ਕਤਲ ਕਰ ਦਿੱਤਾ ਗਿਆ। ਉਧਰ ਪੁਲਿਸ ਨੇ ਵੀ ਬਿਆਨਾਂ ਦੇ ਆਧਾਰ ਤੇ 5 ਵਿਅਕਤੀਆਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਜਿਹੜੀ ਤੁਹਾਡੀ ਪੋਤੀ ਦੀ ਕਿੱਦਾਂ ਡੈਥ ਹੋਈ ਹੈ, ਕੀ ਮਾਮਲਾ ਪੂਰਾ? ਦੇਖੋ ਜੀ, ਥੋੜਾ ਜੀ ਬੋਲੋ। ਕੁਛ ਸ਼ੱਕ ਸੀ ਪਹਿਲੇ, ਅਸੀਂ ਸ਼ੱਕ ਵਿੱਚ ਨਹੀਂ ਜਾਣਾ, ਸਾਨੂੰ ਪੂਰਾ ਪਤਾ ਨਹੀਂ ਲੱਗਾ। ਅਸੀਂ ਉਹਨਾਂ ਚਿਰ ਦੇਖਭਾਲ ਕਰਦੇ ਰਹੇ, ਥਾਣੇ ਰਿਪੋਰਟ ਦਿੱਤੀ ਸੀ ਅਤੇ ਉਹ ਵੀ ਦੇਖਭਾਲ ਕਰਦੇ ਰਹੇ ਅਤੇ ਸਾਨੂੰ ਕੱਲ੍ਹ ਪਤਾ ਲੱਗਾ ਕਿ ਲੜਕੀ ਇਹਨਾਂ ਮਾਰ ਦਿੱਤੀ ਆ ਅਤੇ ਸੁਮਨ ਸਿੰਘ ਇਹਦੇ ਭਰਾ ਨਾਲ ਇਹਨਾਂ ਦੀ ਮੰਗ ਦੇ ਮੁੰਡੇ ਵੀ ਆ, ਉਹ ਰਲ ਕੇ ਇਹਨਾਂ ਨੇ ਲੱਤੀ ਮਾਰੀ। ਸਾਨੂੰ ਪਤਾ ਲੱਗਾ ਪੁਲਿਸ ਵਾਲੇ ਸਾਡੇ ਨਾਲ ਗਏ ਅਤੇ ਉਹ ਅਸੀਂ ਫਲੋਰ ਦੇ ਲਾਗੇ ਜਾ ਕੇ ਅਤੇ ਖੂਹ ਲੱਭੇ ਅਸੀਂ ਅਤੇ ਉਹ ਲੜਕੀ ਜਾ ਕੇ ਉਤਰ ਕੇ ਥੱਲੇ ਦੇਖੀ, 50 ਫੁੱਟ ਦੇ ਥੱਲੇ ਸੀ ਅਤੇ ਉਹ ਖੂਹ ਵਿੱਚੋਂ ਜਾ ਕੇ ਬੋਰੀ 'ਚ ਬਲੇਟੀ ਹੋਈ ਸੀ ਅਤੇ ਉਹ ਕੱਢੀ ਦੇਖੀ ਅਤੇ ਸਾਡੀ ਲੜਕੀ ਸੀ। ਅਤੇ ਫਿਰ ਉੱਥੋਂ ਦੇ ਜੱਜ ਸਾਹਿਬ ਨੂੰ ਲਿਆ ਨਾਲ ਲੈ ਕੇ ਉਹਨਾਂ ਦੀ ਨੌਜ ਵਿੱਚ ਲਿਆ ਕੇ ਫਿਰ ਉਹ ਲੜਕੀ ਬਾਹਰ ਕੱਢੀ ਅਤੇ ਫਿਰ ਉਹਦੀ ਡੈੱਡ ਬੋਡੀ ਜਿਹੜੀ ਆ ਇੱਥੇ ਸੁਲਤਾਨਪੁਰ ਆਪਣੇ ਹਸਪੀਟਲ ਵਿੱਚ ਕੱਲ੍ਹ ਮਿਲੀ 17 ਤੋਂ ਉਹ ਮਰੀਜ਼ ਮੁਕਸਮਾ ਹਰਪ੍ਰੀਤ ਕੌਰ ਤੋਂ ਵਾਈਫ ਔਫ ਕਪੀਰ ਸਿੰਘ ਨੇ ਸਾਨੂੰ ਆ ਕੇ ਸਟੇਟਮੈਂਟ ਦਿੱਤੀ ਹੈ ਕਿ ਉਸਦੀ ਲੜਕੀ ਕਮਲਜੀਤ ਕੌਰ ਜੀ ਸੀ, ਉਮਰ ਕਰੀਬ 17 ਸਾਲ 9 ਮਹੀਨੇ ਸੀ, ਜਿਸ ਨੂੰ 2-3 ਦੀ ਰਾਤ ਨੂੰ ਸੁਮਨ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰ ਬਰਗਲਾ ਕੇ ਵਿਆਹ ਦਾ ਝਾਂਸਾ ਦੇ ਕੇ ਇੱਧਰੇ ਲੈ ਗਏ ਹਨ, ਜਿਸ ਸੰਬੰਧੀ ਉਹ ਆਪਣੇ ਤੌਰ 'ਤੇ ਭਾਲ ਕਰਦੇ ਰਹੇ ਆ, ਜਿਨ੍ਹਾਂ ਨੇ ਕੱਲ੍ਹ ਸਾਨੂੰ ਸਟੇਟਮੈਂਟ ਵਿੱਚ ਦੱਸਿਆ ਕਿ ਅਸੀਂ ਅੱਜ ਤੱਕ ਉਹਦੀ ਭਾਲ ਕਰਦੇ ਰਹੇ ਪਰ ਸਾਡੀ ਲੜਕੀ ਨੇ ਹੁਣ ਸਾਨੂੰ ਪੂਰਾ ਯਕੀਨ ਆ ਕਿ ਸਾਡੀ ਲੜਕੀ ਨੂੰ ਇਹਨੀ ਦੋਸ਼ੀਆਂ ਨੇ ਕਿੱਧਰੇ ਮਾਰ ਕੇ ਸੁੱਟ ਦਿੱਤਾ ਹੈ, ਜਿਸ ਦੇ ਸੰਬੰਧ ਵਿੱਚ ਅਸੀਂ ਮੁਕੱਦਮਾ ਨੰਬਰ 50 ਅੰਡਰ ਸੈਕਸ਼ਨ 363 366A 120B 201 302 IPC ਵਿੱਚ ਦਰਜ ਰਜਿਸਟਰ ਕੀਤਾ ਸੀ। ਦੌਰਾਨੇ ਇਨਵੈਸਟੀਗੇਸ਼ਨ ਅੱਜ ਅਸੀਂ ਦੋਸ਼ੀ ਰਾਜਕੁਮਾਰ ਨੂੰ ਵੀ ਅਰੈਸਟ ਕੀਤਾ, ਜਿਸ ਦੀ ਨਿਸ਼ਾਨਦੇਹੀ ਦੇ ਉੱਤੇ ਅਸੀਂ ਉਕਤ ਲੜਕੀ ਦੀ ਜਿਹੜੀ ਡੈੱਡ ਬੋਡੀ ਆ ਪਿੰਡ ਉਮਰਪੁਰਾ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਦੇ ਪਿੰਡ ਦੇ ਆ ਬਾਹਰਲੇ ਪਾਸੇ ਬੇਵਾਦ ਖੂਹ ਦੇ ਵਿੱਚੋਂ ਜਿਹੜੀ ਨਾਇਬ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਬਰਾਮਦ ਕੀਤੀ ਆ। ਮੇਰਾ ਨਾਮ ਰਣਜੀਤ ਸਿੰਘ ਹੈ ਔਰ ਲੜਕੀ ਜਿਹੜੀ ਹੈ ਉਹ ਮੇਰੀ ਭਤੀਜੀ ਸੀਗੀ ਔਰ ਇਹ ਸ਼ਨੀਵਾਰ ਰਾਤ 2 ਤਰੀਕ ਨੂੰ ਇਹ ਘਰੋਂ ਕੁਛ ਗੈਪ ਹੋ ਗਈ, ਜਦੋਂ ਅਸੀਂ ਵੀਡੀਓ ਕਢਾਈ ਸਾਨੂੰ ਥੋੜ੍ਹਾ ਪਤਾ ਲੱਗਾ ਇੱਥੋਂ ਕਿ ਇਸ ਮੁੰਡੇ ਨਾਲ ਗਈ ਆ, ਉਸ ਮੁੰਡੇ ਦੇ ਪੂਰੀ ਡਿਟੇਲ ਕਢਾਈ ਤੇ ਔਰ ਮੁਲਾਜ਼ਮਾਂ ਨੂੰ ਲੈ ਕੇ ਗਏ ਨਾਲ ਅਤੇ ਉਹਨੇ ਸਾਨੂੰ ਗੁੰਮਰਾਹ ਕੀਤਾ, ਕਹਿੰਦਾ ਕਿ ਕੁੜੀ ਮੇਰੇ ਕੋਲ ਨਹੀਂ ਗਈ, ਤੁਸੀਂ ਹੋਰ ਥਾਂ ਭਾਲੋ। ਔਰ ਉਹਦੇ ਵੱਡੇ ਭਰਾ ਨੇ ਸਾਨੂੰ ਫੋਨ 'ਤੇ ਬਹੁਤ ਧਮਕੀਆਂ ਦਿੱਤੀਆਂ ਕਿ ਜੇ ਤੁਸੀਂ ਥਾਣੇ ਗਏ ਅਸੀਂ ਤੁਹਾਨੂੰ ਐਂ ਕਰ ਦਾਂਗੇ, ਜਿਉਂ ਕਰ ਦਾਂਗੇ, ਸਾਡਾ ਮੁੰਡਾ ਮਰ ਗਿਆ ਤਾਂ ਅਸੀਂ ਤੁਹਾਨੂੰ ਥਾਣੇ ਫੜਾ ਦਾਂਗੇ। ਅਤੇ ਸਾਡੀ ਕੀ ਕਾਰਨ ਕੀ ਲੱਗਦਾ ਤੁਹਾਨੂੰ ਜਿਹੜਾ ਮਾਰਨ ਦਾ? ਸਾਨੂੰ ਕਾਰਨ ਦਾ ਪਤਾ ਨਹੀਂ ਅਜੇ ਤੱਕ ਕੋਈ ਵੀ ਲੱਗਾ, ਇੱਕ ਅਸੀਂ ਹਰ ਇੱਕ ਗੱਲ ਨਾਲ ਸਹਿਮਤ ਸੀਗੇ ਕਿ ਮੈਂ ਮੁੰਡੇ ਦੇ ਘਰ ਵੀ ਗਿਆ, ਜਿੱਦਣ 2 ਤਰੀਕ ਤੀਸਰੇ ਦਿਨ 3 ਤਰੀਕ ਨੂੰ ਮੈਂ ਗਿਆ ਘਰ, ਮੁੰਡਾ ਘਰ ਹੀ ਸੀਗਾ, ਲੰਮੇ ਪਿਆ ਹੋਇਆ ਸੀ, ਮੈਂ ਉਸ ਵੇਲੇ ਗਿਆ, ਮੈਂ ਕਿਹਾ ਭਾਅ ਜੀ ਜੇ ਤੁਹਾਡੇ ਕੋਲ ਕੁੜੀ ਆ ਤਾਂ ਅਸੀਂ ਤੁਹਾਡੇ ਨਾਲ ਸਹਿਮਤ, ਅਸੀਂ ਵਿਆਹ ਕਰਾ ਦਾਂਗੇ ਤੁਹਾਡਾ।